ਗਈ ਸੀ ਕਿ ਕਹੀ ਸੀ ਕਹਿੰਦੀ ਭਾਬੀ ਨਾ ਬਈ ਸੀ ਦੇਖੋ ਇਹਨੇ ਬੰਦੇ ਜਿਹੜੇ ਵੀਰ ਅੱਗੇ ਖੜੇ ਨੇ ਸਾਡੀ ਤਾਂ ਲਿਹਾਜ਼ ਕਰ ਰਹੀ ਨੀ, ਇਹਨਾਂ ਦੀ ਲਿਹਾਜ਼ ਕਰੋ ਯਾਰ। ਬਾਈ ਇੱਕ ਵਾਰੀ ਰੌਲਾ ਪਾ ਕੇ ਦੱਸੋ ਕਿੰਨਾ ਇਕੱਠ ਹੈ, ਇਹਨਾਂ ਨੂੰ ਸੁਣ ਦੋ ਯਾਰ ਇੱਕ ਦੋ ਗੀਤ ਪਲੀਜ਼। ਚੱਲਿਆ ਸਿੰਪਲਰ, ਹਾਂਜੀ ਸੁਣੋ ਹੈਲੋ, ਮਾਫੀ ਚਾਹੁੰਦੇ ਹਾਂ ਜਿਹੜਾ ਖਿਲਾਰਾ ਪੈ ਰਿਹਾ ਸਟੇਜ ਦੇ ਉੱਤੇ। ਅਗਲੀ ਵਾਰੀ ਸਟੇਜ ਵਾਲਿਆਂ ਦੀ ਸਖ਼ਤ ਡਿਊਟੀ ਲਾਈ ਜਾਊਗੀ, ਸਰ ਵੀ ਉਹਨਾਂ ਦੇ ਵੀ ਭਾਈ। ਹਾਂਜੀ ਠੀਕ ਹੈ ਵੀਰੇ ਤੂੰ, ਥੈਂਕ ਯੂ। ਦੇਖੋ ਰੁਕੀ ਯਾਰ, ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿੱਥੇ ਚਲਾਉਣਾ ਕਿੱਥੇ ਨਹੀਂ, ਬੰਦਿਆਂ ਦਾ ਤਾਲਮੇਲ ਨਹੀਂ ਹੈਗਾ। ਸੋ ਤੁਸੀਂ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ, ਮੈਂ ਆਪਦੇ ਲਈ ਮਾਫੀ ਚਾਹੁੰਦਾ ਵੀ ਅਗਲੀ ਵਾਰੀ ਵਧੀਆ ਕੀਤਾ ਜਾਊਗਾ, ਵੀ ਹੋਰ ਬੈਟਰ ਕੀਤਾ ਜਾਵੇ, ਹੈ ਨਾ। ਕੋਸ਼ਿਸ਼ ਕਰਾਂਗੇ ਤਾਂ ਜਾ ਬਾਈ, ਇਹ ਲਾਂਭਾ ਮੈਨੂੰ ਨੀਗਾ, ਡਾਇਰੈਕਟਲੀ ਤੁਹਾਨੂੰ ਲਾਂਭਾ ਹੈ, ਠੀਕ ਆ। ਇਹ ਲਾਂਭਾ ਇਹ ਬੰਦਿਆਂ ਦੇ ਸਿਰ ਤੇ ਹੈ, ਅਗਲੀ ਵਾਰੀ ਇਹ ਸਟੇਜ ਨੂੰ ਠੀਕ ਰੱਖਣਗੇ, ਕਿਉਂਕਿ ਉਹ ਬੰਦੇ ਦੇਖਣ ਆਉਂਦੇ ਨੇ ਵੀ ਕਲਾਕਾਰ ਕੌਣ ਹੈ। 15-20 ਮਿੰਟ ਤਾਂ ਮੈਨੂੰ ਲੱਗ ਗਏ, ਮੈਂ ਪਹਿਲਾਂ 2 ਵਾਰੀ ਰੋਸ਼ਨ ਪ੍ਰੈਸ ਦੀ ਜਗ੍ਹਾ ਹੋਰ ਹੀ ਬੰਦਾ ਲਿਆਇਆ ਇੱਕ ਗਾਉਣ ਦੇ ਲਈ, ਬਾਅਦ ਉਹਨੂੰ ਲਗਾਇਆ ਤਾਂ ਮੈਂ ਕਿਹਾ ਉਈ ਆ ਬਤੰਦਰ ਕੋਈ ਫੋਟੋ ਫੋਟੋ ਵਾਲਾ। ਸੋ ਅਗਲੀ ਗੱਲ ਤੁਹਾਡੀ ਮਿਲ ਗਈ, ਹਾਂਜੀ ਮੁੰਡਿਆਂ ਨੂੰ ਚੜ੍ਹਦੀ ਠਾਰੀ 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 ਉਹਦੀ ਹੀਟ ਤੇ, ਹਮਰ ਜਾਣੀ ਪਾਉਂਦੀ ਭੰਗੜਾ
ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਕਿੱਪੀ ਬਾਈ ਜੀ।